ਤਾਂ ਯੇਸੂ ਆਪਣੇ ਜੀਵ ਵਿੱਚ ਫੇਰ ਕਲਪਦਾ ਹੋਇਆ ਕਬਰ ਉੱਤੇ ਆਇਆ। ਉਹ ਇੱਕ ਗੁਫਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ। ਇਸ ਪੱਥਰ ਨੂੰ ਹਟਾ ਦਿਓ। ਪ੍ਰਭੂ ਜੀ, ਉਸ ਕੋਲੋਂ ਤਾਂ ਹੁਣ ਸੜਾਂ ਆਉਂਦੀ ਹੈ, ਕਿਉਂ ਜੋ ਉਹਨੂੰ 4 ਦਿਨ ਹੋਏ ਹਨ। ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ੁਰ ਦੀ ਵਡਿਆਈ ਵੇਖੇਂਗੀ। ਸੋ ਉਹਨਾਂ ਉਸ ਪੱਥਰ ਨੂੰ ਹਟਾ ਦਿੱਤਾ। ਅਤੇ ਯੇਸੂ ਨੇ ਅੱਖਾਂ ਉਤਾਂਹ ਕਰਕੇ ਆਖਿਆ, ਹੇ ਪਿਤਾ, ਮੈਂ ਤੇਰਾ ਸ਼ੁਕਰ ਕਰਦਾ ਜੋ ਤੂੰ ਮੇਰੀ ਸੁਣੀ, ਅਤੇ ਮੈਂ ਜਾਣਿਆ ਕਿ ਤੂੰ ਮੇਰੀ ਸਦਾ ਸੁਣਦਾ ਹੈ। ਪਰ ਇਹਨਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਨੇ, ਮੈਂ ਆਖਿਆ ਤਾਂ ਉਹ ਪ੍ਰਤੀਤ ਕਰਨ ਜੋ ਤੈਂ ਮੈਨੂੰ ਕੱਲਿਆ। ਇਹ ਕਹਿ ਕੇ ਉੱਚੀ ਆਵਾਜ਼ ਮਾਰੀ, ਲਾਜ਼ਰ ਬਾਹਰ ਆ। ਉਹ ਜਿਹੜਾ ਮੋਇਆ ਹੋਇਆ ਸੀ, ਕਫਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿਕਲ ਆਇਆ ਅਤੇ ਉਹਦੇ ਮੂੰਹ ਉੱਤੇ ਰੁਮਾਲ ਲਪੇਟਿਆ ਹੋਇਆ ਸੀ। ਉਹਨੂੰ ਖੋਲੋ ਅਤੇ ਜਾਣ ਦਿਓ। ਤਦੀ ਬਥੇਰਿਆਂ ਨੇ ਉਹਨਾਂ ਯਹੂਦੀਆਂ ਵਿੱਚੋਂ ਜਿਹੜੇ ਮਰੀਮ ਕੋਲ ਆਏ ਸਨ, ਇਹ ਜੋ ਕੁਛ ਯਿਸੂ ਨੇ ਕੀਤਾ ਵੇਖ ਕੇ ਉਸ ਉੱਤੇ ਨਿਹਚਾ ਕੀਤੀ। ਪਰ ਉਹਨਾਂ ਵਿੱਚੋਂ ਕਈਆਂ ਨੇ ਫਰੀਸ਼ੀਆ ਦੇ ਕੋਲ ਜਾ ਕੇ ਉਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ। ਇਸ ਲਈ ਪ੍ਰਧਾਨ ਜਾਚਕਾਂ ਅਤੇ ਫਰੀਸ਼ੀਆਂ ਨੇ ਮਹਾਂਸਭਾ ਇਕੱਠੀ ਕਰਕੇ ਕਿਹਾ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ, ਜੇ ਅਸੀਂ ਉਹਨੂੰ ਐਵੇਂ ਛੱਡ ਦਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਔਰ ਨਾਲੇ ਸਾਡੀ ਕੌਮ ਵੀ ਲੈ ਲੈਣਗੇ। ਔਰ ਉਹਨਾਂ ਵਿੱਚੋਂ ਕਾਇਫਾ ਨਾਮੇ ਇੱਕ ਨੇ, ਜਿਹੜਾ ਉਸ ਸਾਲ ਸਰਦਾਰ ਜਾਜਕ ਸੀ, ਉਹਨਾਂ ਨੂੰ ਆਖਿਆ, ਤੁਸੀਂ ਕਿੰਨੇ ਮੂਰਖ ਹੋ, ਤੁਸੀਂ ਨਹੀਂ ਜਾਣਦੇ ਅਤੇ ਨਹੀਂ ਸੋਚਦੇ ਹੋ ਭਾਈ ਤੁਹਾਡੇ ਲਈ ਇਹੋ ਚੰਗਾ ਹੈ ਜੇ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ। ਪਰ ਇਹ ਉਸਨੇ ਆਪਣੇ ਵੱਲੋਂ ਨਹੀਂ ਕਿਹਾ, ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ, ਅਗਮ ਗਿਆਨ ਨਾਲ ਖਬਰ ਦਿੱਤੀ ਜੋ ਯੇਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ, ਅਤੇ ਨੇਰਾ ਉਸ ਕੌਮ ਦੇ ਬਦਲੇ ਨਹੀਂ, ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ਰ ਦੀਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰਕੇ ਇੱਕੋ ਬਣਾਏ। ਸੋ ਉਹਨਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ ਉਸ ਨੂੰ ਜਾਨੋ ਮਾਰਨ। ਇਸ ਕਾਰਨ ਯੇਸੂ ਫਿਰ ਯਹੂਦੀਆਂ ਵਿੱਚ ਖੁੱਲ੍ਹਮ ਖੁੱਲ੍ਹਾ ਨਾ ਫਿਰਿਆ, ਪਰ ਉੱਥੋਂ ਉਜਾੜ ਦੇ ਲਾਗੇ ਦੇ ਦੇਸ਼ ਵਿੱਚ ਇਫਰਾਇਮ ਕਰਕੇ ਇੱਕ ਨਗਰ ਨੂੰ ਗਿਆ ਅਤੇ ਚੇਲਿਆਂ ਸਣੇ ਉੱਥੇ ਰਿਹਾ। ਪਰ ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ ਅਤੇ ਅਨੇਕ ਲੋਕ ਆਪ ਨੂੰ ਸ਼ੁੱਧ ਕਰਨ ਲਈ ਤਿਉਹਾਰ ਤੋਂ ਪਹਿਲਾਂ ਪਿੰਡ ਪਿੰਡ ਤੋਂ ਯਰੂਸ਼ਲਮ ਨੂੰ ਗਏ। ਸੋ ਉਹਨਾਂ ਨੇ ਯੇਸੂ ਦੀ ਭਾਲ ਕੀਤੀ ਅਤੇ ਹੈਕਲ ਦੇ ਵਿੱਚ ਖੜ੍ਹੇ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤੁਸੀਂ ਕੀ ਸਮਝਦੇ ਹੋ ਕਿ ਉਹ ਇਸ ਤਿਉਹਾਰ ਉੱਤੇ ਨਹੀਂ ਆਏਗਾ? ਅਤੇ ਪ੍ਰਧਾਨ ਜਾਜਕ ਅਤੇ ਫਰੀਸ਼ੀਆਂ ਨੇ ਹੁਕਮ ਕੀਤਾ ਸੀ ਕਿ ਜੋ ਕੋਈ ਜਾਣਦਾ ਹੋਵੇ ਜੋ ਉਹ ਕਿੱਥੇ ਹੈ ਤਾਂ ਦੱਸ ਦੇਵੇ, ਭਈ ਉਹ ਉਸਨੂੰ ਫੜ ਲੈਣ। ਫਿਰ ਪਸਾਹ ਤੋਂ 6 ਦਿਨ ਪਹਿਲਾਂ ਯੇਸੂ ਬੇਤਾਨੀਆਂ ਵਿੱਚ ਆਇਆ, ਜਿੱਥੇ ਲਾਜ਼ਰ ਸੀ ਜਿਹਨੂੰ ਯੇਸੂ ਨੇ ਮੁਰਦਿਆਂ ਵਿੱਚੋਂ ਜਿਵਾ ਲਿਆ ਸੀ। ਸੋ ਉੱਥੇ ਉਹਨਾਂ ਨੇ ਉਸਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਟਹਿਲ ਕਰਦੀ ਸੀ, ਪਰ ਲਾਜ਼ਰ ਉਹਨਾਂ ਵਿੱਚੋਂ ਇੱਕ ਸੀ ਜਿਹੜੇ ਉਹਦੇ ਨਾਲ ਖਾਣ ਬੈਠੇ ਸੀ।
ਤਦ ਮਰੀਅਮ ਨੇ ਅੱਧ ਸਿਰ ਮਹਿੰਗਾ ਮੁੱਲਾ ਜਟਾ ਮਾਸੀ ਦਾ ਖਰਾ ਅਤਰ ਲੈ ਕੇ ਯੇਸੂ ਦੇ ਚਰਣਾਂ ਨੂੰ ਮਲਿਆ ਅਤੇ ਆਪਣੇ ਵਾਲਾਂ ਨਾਲ ਉਹਦੇ ਚਰਨ ਪੂੰਝੇ ਅਤੇ ਘਰ ਅਤਰ ਦੀ ਵਾਸਨਾ ਨਾਲ ਭਰ ਗਿਆ। ਪਰ ਉਹਦੇ ਚੇਲਿਆਂ ਵਿੱਚੋਂ ਯਹੂਦਾ ਇਸਕਰੀਓਤੀ ਨੇ ਜਿਹਨੂੰ ਉਸਨੂੰ ਫੜਾਉਣਾ ਸੀ ਆਖਿਆ, ਮੈਂ ਪੁੱਛਦਾ ਹਾਂ ਕਿ ਇਹ ਅਤਰ ਘੱਟੋ ਘੱਟ 150 ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਹੀਂ ਦਿੱਤਾ ਗਿਆ? ਪਰ ਉਸਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ, ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹਦੇ ਕੋਲ ਰਹਿੰਦੀ ਸੀ, ਪਰ ਜੋ ਕੁਝ ਇਸ ਵਿੱਚ ਪਾਇਆ ਜਾਂਦਾ ਉਹਨੂੰ ਲੈ ਕੇ ਜਾਂਦਾ ਸੀ। ਉਸ ਨੂੰ ਇਹ ਮੇਰੇ ਕਫਨਾਉਣ ਦਫਨਾਉਣ ਦੇ ਦਿਲ ਲਈ ਰੱਖਣ ਦੇ। ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। ਤਦ ਯਹੂਦੀਆਂ ਦੇ ਬਹੁਤ ਸਾਰੇ ਲੋਕ ਜਾਣ ਗਏ ਭਈ ਉਹ ਉੱਥੇ ਹੈ, ਪਰ ਉਹ ਆਏ ਨਿਰਾ ਯੇਸੂ ਪਿੱਛੇ ਨਹੀਂ, ਸਗੋਂ ਇਸ ਲਈ ਵੀ ਜੋ ਲਾਜ਼ਰ ਨੂੰ ਵੇਖਣ ਜਿਹਨੂੰ ਯੇਸੂ ਨੇ ਮੁਰਦਿਆਂ ਵਿੱਚੋਂ ਜਿਵਾ ਲਿਆ ਸੀ। ਪਰ ਪ੍ਰਧਾਨ ਜਾਜਕਾਂ ਨੇ ਮਤਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨੋਂ ਮਾਰ ਦੇਈਏ, ਕਿਉਂਕਿ ਉਹਦੇ ਕਾਰਨ ਯਹੂਦੀਆਂ ਵਿੱਚੋਂ ਬਾਹਲੇ ਲੋਕ ਚਲੇ ਗਏ ਅਤੇ ਯੇਸੂ ਉੱਤੇ ਨਿਹਚਾ ਕਰਦੇ ਸਨ।